ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ। ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਵਿਨੋਦ ਕਾਂਬਲੀ ਚੱਲਣ ਦੇ ਲਈ ਵੀ ਸੰਘਰਸ਼ ਕਰਦੇ ਨਜ਼ਰ ਆ ਰਹੇ ਨੇ ਅਤੇ ਉਹਨਾਂ ਨੂੰ ਕੁਝ ਲੋਕਾਂ ਦੇ ਵੱਲੋਂ ਸਹਾਰਾ ਦਿੱਤਾ ਗਿਆ। ਹਾਲਾਂਕਿ ਇਹ ਵੀਡੀਓ ਆਪਣੇ ਆਪ ਦੇ ਵਿੱਚ ਬੇਹੱਦ ਹੀ ਭਾਵੁਕ ਕਰ ਦੇਣ ਵਾਲਾ ਹੈ, ਕਿਉਂਕਿ ਇੱਕ ਸਮਾਂ ਸੀ ਜਦੋਂ ਵਿਨੋਦ ਕਾਂਬਲੀ ਨੂੰ ਸਚਿਨ ਤੇਂਦੁਲਕਰ ਦੇ ਮੁਕਾਬਲੇ ਤਗੜਾ ਬੱਲੇਬਾਜ਼ ਮੰਨਿਆ ਜਾਂਦਾ ਸੀ। ਹਾਲਾਂਕਿ ਹੁਣ ਉਹ ਇੱਕ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਨੇ। ਦੱਸ ਦਈਏ ਕਿ ਆਲੇ ਦੁਆਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜੋ ਵਿਨੋਦ ਕਾਂਬਲੀ ਨੇ ਉਹ ਦਿਲ ਦੀ ਬਿਮਾਰੀ ਅਤੇ ਦਿਮਾਗ ਦੀ ਬਿਮਾਰੀ ਦੇ ਨਾਲ ਜੂਝ ਰਹੇ ਨੇ ਅਤੇ ਹੁਣ ਉਹਨਾਂ ਦੀ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਮੁੰਬਈ ਦੀ ਸੜਕ ਦੇ ਉੱਤੇ ਖੜ੍ਹੇ ਨੇ ਅਤੇ ਲੱਤਾਂ ਵੀ ਉਹਨਾਂ ਦਾ ਭਾਰ ਨਹੀਂ ਚੱਲ ਰਹੀਆਂ ਅਤੇ ਦੋ ਲੋਕਾਂ ਦੇ ਵੱਲੋਂ ਸਹਾਰਾ ਦੇ ਕੇ ਉਹਨਾਂ ਨੂੰ ਬਿਠਾਇਆ ਗਿਆ। ਤਾਂ ਦੱਸ ਦਈਏ ਕਿ ਇਹ ਉਹ ਬੱਲੇਬਾਜ਼ ਹੈ ਜਿਸਨੇ ਕਿ ਭਾਰਤ ਨੂੰ ਕਈ ਮੈਚ ਜਿਤਾਏ ਨੇ। ਜੇਕਰ ਉਹਨਾਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਇੰਟਰਨੈਸ਼ਨਲ, ਤਾਂ ਦੱਸ ਦਈਏ ਕਿ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਵਿਨੋਦ ਕਾਂਬਲੀ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ। ਉਹਨਾਂ ਨੇ ਆਪਣੇ ਕਰੀਅਰ ਦੇ ਵਿੱਚ 17 ਟੈਸਟ ਖੇਡੇ ਨੇ ਅਤੇ 104 ਵਨਡੇ ਮੈਚ ਖੇਡੇ ਨੇ। ਟੈਸਟ ਦੀ 21 ਪਾਰੀਆਂ ਦੇ ਵਿੱਚ ਉਹਨਾਂ ਨੇ 54.20 ਦੀ ਔਸਤ ਦੇ ਨਾਲ ਅਤੇ 59.46 ਦੀ ਸਟ੍ਰਾਈਕ ਰੇਟ ਦੇ ਨਾਲ 1084 ਰਨ ਬਣਾਏ ਨੇ, ਜਦਕਿ ਉਹਨਾਂ ਨੇ ਇਸੀ ਦੇ ਵਿੱਚ 3 ਅਰਧ ਸ਼ਤਕ ਅਤੇ 4 ਸ਼ਤਕ ਵੀ ਲਗਾਏ ਨੇ। ਵਨਡੇ ਦੀ 97 ਪਾਰੀਆਂ ਦੇ ਵਿੱਚ 32.59 ਦੀ ਔਸਤ ਦੇ ਨਾਲ 71.94 ਦੇ ਸਟ੍ਰਾਈਕ ਰੇਟ ਦੇ ਨਾਲ 2477 ਰਨ ਬਣਾਏ ਨੇ। ਇਸ ਦੌਰਾਨ ਉਹਨਾਂ ਦੇ ਬੱਲੇ ਤੋਂ 14 ਅਰਧ ਸ਼ਤਕ ਅਤੇ 2 ਸ਼ਤਕ ਨਿਕਲੇ ਨੇ। ਯਾਨੀ ਕਿ ਇੱਕ ਵੱਡਾ ਨਾਮ ਹੈ ਕ੍ਰਿਕਟ ਜਗਤ ਦੇ ਵਿੱਚ ਵਿਨੋਦ ਕਾਂਬਲੀ ਦਾ, ਅਤੇ ਹੁਣ ਉਹ ਇੱਕ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਨੇ ਅਤੇ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ 2 ਕਦਮ ਚੱਲਣ ਤੋਂ ਵੀ ਅਸਮਰਥ ਨਜ਼ਰ ਆ ਰਹੇ ਨੇ। ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ। ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਵਿਨੋਦ ਕਾਂਬਲੀ ਚੱਲਣ ਦੇ ਲਈ ਵੀ ਸੰਘਰਸ਼ ਕਰਦੇ ਨਜ਼ਰ ਆ ਰਹੇ ਨੇ ਅਤੇ ਉਹਨਾਂ ਨੂੰ ਕੁਝ ਲੋਕਾਂ ਦੇ ਵੱਲੋਂ ਸਹਾਰਾ ਦਿੱਤਾ ਗਿਆ। ਹਾਲਾਂਕਿ ਇਹ ਵੀਡੀਓ ਆਪਣੇ ਆਪ ਦੇ ਵਿੱਚ ਬੇਹੱਦ ਹੀ ਭਾਵੁਕ ਕਰ ਦੇਣ ਵਾਲਾ ਹੈ, ਕਿਉਂਕਿ ਇੱਕ ਸਮਾਂ ਸੀ ਜਦੋਂ ਵਿਨੋਦ ਕਾਂਬਲੀ ਨੂੰ ਸਚਿਨ ਤੇਂਦੁਲਕਰ ਦੇ ਮੁਕਾਬਲੇ ਤਗੜਾ ਬੱਲੇਬਾਜ਼ ਮੰਨਿਆ ਜਾਂਦਾ ਸੀ। ਹਾਲਾਂਕਿ ਹੁਣ ਉਹ ਇੱਕ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਨੇ। ਦੱਸ ਦਈਏ ਕਿ ਆਲੇ ਦੁਆਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜੋ ਵਿਨੋਦ ਕਾਂਬਲੀ ਨੇ ਉਹ ਦਿਲ ਦੀ ਬਿਮਾਰੀ ਅਤੇ ਦਿਮਾਗ ਦੀ ਬਿਮਾਰੀ ਦੇ ਨਾਲ ਜੂਝ ਰਹੇ ਨੇ ਅਤੇ ਹੁਣ ਉਹਨਾਂ ਦੀ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਮੁੰਬਈ ਦੀ ਸੜਕ ਦੇ ਉੱਤੇ ਖੜ੍ਹੇ ਨੇ ਅਤੇ ਲੱਤਾਂ ਵੀ ਉਹਨਾਂ ਦਾ ਭਾਰ ਨਹੀਂ ਚੱਲ ਰਹੀਆਂ ਅਤੇ ਦੋ ਲੋਕਾਂ ਦੇ ਵੱਲੋਂ ਸਹਾਰਾ ਦੇ ਕੇ ਉਹਨਾਂ ਨੂੰ ਬਿਠਾਇਆ ਗਿਆ। ਤਾਂ ਦੱਸ ਦਈਏ ਕਿ ਇਹ ਉਹ ਬੱਲੇਬਾਜ਼ ਹੈ ਜਿਸਨੇ ਕਿ ਭਾਰਤ ਨੂੰ ਕਈ ਮੈਚ ਜਿਤਾਏ ਨੇ। ਜੇਕਰ ਉਹਨਾਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਇੰਟਰਨੈਸ਼ਨਲ, ਤਾਂ ਦੱਸ ਦਈਏ ਕਿ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਵਿਨੋਦ ਕਾਂਬਲੀ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ। ਉਹਨਾਂ ਨੇ ਆਪਣੇ ਕਰੀਅਰ ਦੇ ਵਿੱਚ 17 ਟੈਸਟ ਖੇਡੇ ਨੇ ਅਤੇ 104 ਵਨਡੇ ਮੈਚ ਖੇਡੇ ਨੇ। ਟੈਸਟ ਦੀ 21 ਪਾਰੀਆਂ ਦੇ ਵਿੱਚ ਉਹਨਾਂ ਨੇ 54.20 ਦੀ ਔਸਤ ਦੇ ਨਾਲ ਅਤੇ 59.46 ਦੀ ਸਟ੍ਰਾਈਕ ਰੇਟ ਦੇ ਨਾਲ 1084 ਰਨ ਬਣਾਏ ਨੇ, ਜਦਕਿ ਉਹਨਾਂ ਨੇ
ਇਸੀ ਦੇ ਵਿੱਚ 3 ਅਰਧਸ਼ਤਕ ਅਤੇ 4 ਸ਼ਤਕ ਵੀ ਲਗਾਏ ਨੇ। ਵਨਡੇ ਦੀ 97 ਪਾਰੀਆਂ ਦੇ ਵਿੱਚ 32.59 ਦੀ ਔਸਤ ਦੇ ਨਾਲ 71.94 ਦੇ ਸਟ੍ਰਾਈਕ ਰੇਟ ਦੇ ਨਾਲ 2477 ਰਨ ਬਣਾਏ ਨੇ। ਇਸ ਦੌਰਾਨ ਉਹਨਾਂ ਦੇ ਬੱਲੇ ਤੋਂ 14 ਅਰਧਸ਼ਤਕ ਅਤੇ 2 ਸ਼ਤਕ ਨਿਕਲੇ ਨੇ। ਯਾਨੀ ਕਿ ਇੱਕ ਵੱਡਾ ਨਾਮ ਹੈ ਕ੍ਰਿਕਟ ਜਗਤ ਦੇ ਵਿੱਚ ਵਿਨੋਦ ਕਾਂਬਲੀ ਦਾ, ਅਤੇ ਹੁਣ ਉਹ ਇੱਕ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਨੇ, ਅਤੇ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ 2 ਕਦਮ ਚੱਲਣ ਤੋਂ ਵੀ ਅਸਮਰਥ ਨਜ਼ਰ ਆ ਰਹੇ ਨੇ।